ਬਹੁਤ ਅੱਛਾ ਬਹੁਤ ਅੱਛਾ। ਤੇ ਅਭਿਸ਼ੇਕ ਵੀ ਆ, ਤੁਸੀਂ ਵੀ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ। ਹਾਂ ਦੋ ਦੋ ਪੈਨਲਟੀ ਕਾਰਨ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ। ਹਾਂ ਪਰ ਬਹੁਤ ਮੁਬਾਰਕ ਵਾਲੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਓਲੰਪਿਕ ਦੇ ਵਿੱਚ ਹਰਾਇਆ ਆਪਾਂ ਉਹਨਾਂ ਨੂੰ। ਮੈਂ ਵੀ ਆਉਣਾ ਸੀ ਤੁਹਾਡੇ ਵਧਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਵਧਾਉਣ, ਪਰ ਮੈਨੂੰ ਆਉਣ ਹੀ ਨਹੀਂ ਦਿੱਤਾ, ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ। ਅੱਜ ਰਾਤ ਨੂੰ ਆਉਣਾ ਸੀ ਅਸੀਂ, ਤਾਂ ਕਿ ਕੱਲ੍ਹ ਵਾਲੇ ਕੁਆਟਰ ਫਾਈਨਲ 'ਚ ਅਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ, ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ, ਤੁਹਾਡੇ ਕੋਲ ਪਹੁੰਚ ਨਹੀਂ ਸਕੂੰਗਾ ਮੈਂ, ਪਰ ਅਸੀਂ ਨਾਲ ਹਾਂ ਇੱਥੇ। ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਤੇ ਹਮੇਸ਼ਾ ਨਾਲ ਹਾਂ। ਕੱਲ੍ਹ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚੋਂ ਗੈਪ ਮਿਲ ਜਾਂਦੇ ਉਹਨਾਂ ਨੂੰ, ਕੱਲ੍ਹ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ। ਹਾਂ ਸੈਂਟਰ ਵਾਲਾ ਪਾਸਾ ਥੋੜ੍ਹਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ, ਪਰ ਸੈਂਟਰ ਚੋਂ ਵੜਦੇ ਸੀ ਕੱਲ ਉਹ, ਹੈ ਨਾ। ਸੋ ਕੋਚ ਸਾਹਿਬ ਮੈਨੂੰ ਲੱਗਦਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ। ਸੋ ਮੈਂ ਇਕੱਲਾ ਇਕੱਲਾ ਕੀ ਚੀਜ਼ ਦੇਖਣਾ ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ ਏਅਰਪੋਰਟ ਤੇ ਲੈਣਾ ਪਵੇਗਾ ਸੀ, ਹੈ ਨਾ। ਤੇ ਕੋਈ ਗੱਲ ਨਹੀਂ, ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ, ਕੋਈ ਗੱਲ ਨਹੀਂ, ਪਰ ਅਸੀਂ ਤੁਹਾਡੇ ਨਾਲ ਹੀ ਆਉਣਾ ਸਮਝ ਲਓ ਨਾਲ ਹੀ, ਹੈ ਨਾ। ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ, ਮਨਦੀਪ ਨੂੰ, ਗੁਰਜੰਤ ਨੂੰ, ਸ਼ਮਸ਼ੇਰ ਨੂੰ, ਹੈ ਨਾ, ਸ਼੍ਰੀਜੇਸ਼ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਓ ਤੇ ਕੱਲ ਵਾਸਤੇ ਗੁੱਡ ਲੱਕ। ਓਕੇ ਹਰਮੰਦਰ, ਓਕੇ ਓਕੇ, ਟੇਕ ਕੇਅਰ, ਗੁੱਡ ਲੱਕ। ਬਹੁਤ ਅੱਛਾ ਬਹੁਤ ਅੱਛਾ। ਤੇ ਅਭਿਸ਼ੇਕ ਵੀ ਆ, ਤੁਸੀਂ ਵੀ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ। ਹਾਂ ਦੋ ਪੈਨਲਟੀ ਕਾਰਨ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ। ਹਾਂ ਪਰ ਬਹੁਤ ਮੁਬਾਰਕ ਵਾਲੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਓਲੰਪਿਕ ਦੇ ਵਿੱਚ ਹਰਾਇਆ ਆਪਾਂ ਉਹਨਾਂ ਨੂੰ। ਮੈਂ ਵੀ ਆਉਣਾ ਸੀ ਤੁਹਾਡੇ ਵਧਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਵਧਾਉਣ, ਪਰ ਮੈਨੂੰ ਆਉਣ ਹੀ ਨਹੀਂ ਦਿੱਤਾ, ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ। ਅੱਜ ਰਾਤ ਨੂੰ ਆਉਣਾ ਸੀ ਅਸੀਂ, ਤਾਂ ਕਿ ਕੱਲ੍ਹ ਵਾਲੇ ਕੁਆਟਰ ਫਾਈਨਲ 'ਚ ਅਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ, ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ, ਤੁਹਾਡੇ ਕੋਲ ਪਹੁੰਚ ਨਹੀਂ ਸਕੂੰਗਾ ਮੈਂ, ਪਰ ਅਸੀਂ ਨਾਲ ਹਾਂ ਇੱਥੇ। ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਤੇ ਹਮੇਸ਼ਾ ਨਾਲ ਹਾਂ। ਕੱਲ੍ਹ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚੋਂ ਗੈਪ ਮਿਲ ਜਾਂਦੇ ਉਹਨਾਂ ਨੂੰ, ਕੱਲ੍ਹ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ। ਹਾਂ ਸੈਂਟਰ ਵਾਲਾ ਪਾਸਾ ਥੋੜ੍ਹਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ, ਪਰ ਸੈਂਟਰ ਚੋਂ ਵੜਦੇ ਸੀ ਕੱਲ ਉਹ, ਹੈ ਨਾ। ਸੋ ਕੋਚ ਸਾਹਿਬ ਮੈਨੂੰ ਲੱਗਦਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ। ਸੋ ਮੈਂ ਇਕੱਲਾ ਇਕੱਲਾ ਕੀ ਚੀਜ਼ ਦੇਖਣਾ
ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ ਏਅਰਪੋਰਟ ਤੇ ਲੈਣਾ ਪਵੇਗਾ ਸੀ, ਹੈ ਨਾ। ਤੇ ਕੋਈ ਗੱਲ ਨੀ, ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ, ਕੋਈ ਗੱਲ ਨੀ, ਪਰ ਅਸੀਂ ਤੁਹਾਡੇ ਨਾਲ ਹੀ ਆ, ਸਮਝ ਲਓ ਨਾਲ ਹੀ। ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ, ਮਨਦੀਪ ਨੂੰ, ਗੁਰਜੰਤ ਨੂੰ, ਸ਼ਮਸ਼ੇਰ ਨੂੰ, ਹੈ ਨਾ, ਸ਼੍ਰੀ ਜੇਸ਼ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਓ ਤੇ ਕੱਲ ਵਾਸਤੇ ਗੁੱਡ ਲੱਕ। ਓਕੇ ਹਰਮਨ, ਓਕੇ ਓਕੇ, ਟੇਕ ਕੇਅਰ, ਗੁੱਡ ਲੱਕ, ਗੁੱਡ ਲੱਕ, ਗੁੱਡ ਲੱਕ।